ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਹ ਹੈ ਗੁਰਦੁਆਰਾ ਨਾਨਕ ਝੀਰਾ ਵਿਦਰ, ਜਿੱਥੇ ਕਿ ਸਤਿਗੁਰੂ ਮਹਾਰਾਜ ਜੀ ਨੇ ਲੋਕਾਂ ਦੀ ਪੁਕਾਰ 'ਤੇ ਪਾਣੀ ਦਾ ਝਰਨਾ ਅੰਮ੍ਰਿਤ ਕੋਲ ਪ੍ਰਗਟ ਕੀਤਾ। ਇੱਥੇ ਪਾਣੀ ਦਾ ਪ੍ਰਬੰਧ ਨਹੀਂ ਸੀ ਅਤੇ ਇੱਥੋਂ ਦੀ ਸੰਗਤਾਂ ਨੇ ਸਤਿਗੁਰੂ ਜੀ ਦੇ ਅੱਗੇ ਪੁਕਾਰ ਕੀਤੀ ਕਿ ਮਹਾਰਾਜ ਇੱਥੋਂ ਦਾ ਪਾਣੀ ਬਹੁਤ, ਜਿਹੜਾ ਕਿ ਪਾਣੀ ਦੀ ਦਾਤ ਬਖਸ਼ੋ। ਇੱਥੇ ਫਿਰ ਪਾਣੀ ਦਾ ਜਿਹੜਾ ਹੈ ਝਰਨਾ ਸੋਨਾ ਪ੍ਰਗਟ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ। ਆਪ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਨਾਨਕ ਝੀਰਾ ਸਾਹਿਬ, ਸਾਹਮਣੇ ਦਰਬਾਰ ਸਾਹਿਬ, ਅਤੇ ਇਹ ਸਰੋਵਰ ਹੈ ਜੀ। ਅੱਗੇ ਤੁਹਾਨੂੰ ਹੋਰ ਦਰਸ਼ਨ ਕਰਾਵਾਂਗੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।